लो जी आप चले हाँ बठिंडे तो मास्टर आप आ रहा लैन। लो जी यार कीता ते मास्टर पहुंच गए। आप चले हूँ बठिंडे। हाँ जी चाह पियोगे? चाह तो नहीं पीते। चलिए ड्राइवर चेंज हो गए जय माता दी। चल चलिए पहाड़ा में। सही गल गड्डी तेरी मैं चला लू डर लगता है यार। मैं मटर अज सारा ब्लॉग सच्ची तय बना लो जी बना ठीक है लो। ये है गड्डी ये है गड्डी आ है बिक्की गड्डी केड़ी है गड्डी हैगी है ये होंडा होंडा में हमें ना हम तब किस्तां दे रहे हैं अवधि अपनी बस 6 महीने रह के मालक बन जाएंगे। गड्डी मूहरे छड़ के देखने की लोड़ नहीं हैगी लोकेशन बस कला इतों देख लो भी गड्डी चल रही है मूहरे एच पी पंप आ गया मूहरे चकन की लोड़ नहीं हैगी बाहरी लोड़ है 10 किलो देखना 10 किलो पिछे जा को मूहरे देखने की लोड़ नहीं पिछे देख लो बस मिलते हैं कहते बठिंडे पहुंच गए। हाँ आप पहुंच गए क्या रास्ते ਅਸੀਂ ਪਹੁੰਚ ਗਏ ਰਾਜਸਥਾਨ 'ਚ ਰਾਜਸਥਾਨ 'ਚ ਠੀਕ ਹੈ ਜੀ ਬਸ ਜਿਵੇਂ ਜਿਵੇਂ ਇੱਥੇ ਮਲੇ ਕਿੱਕਰਾਂ ਸ਼ੁਰੂ ਹੋ ਗਈਆਂ ਮਾਸਟਰ ਜੀ ਦੀ ਅੱਜ ਫੇਰ ਆਪਾਂ ਛੁੱਟੀ ਮਰਵਾ ਦੀ ਕਿਤੇ ਮਾਸਟਰ ਜੀ ਸਕੂਲ ਘੱਟ ਜਾਂਦੇ ਆ ਛੁੱਟੀਆਂ ਵੱਧ ਭੁਲੇਖੇ ਜੀ ਵੱਧ ਗਈ ਛੁੱਟੀ ਅੱਜ ਫੇਰ ਆਪਾਂ ਛੁੱਟੀ ਮਰਵਾ ਦੀ ਮਾਸਟਰ ਜੀ ਠੀਕ ਹੈ ਮਾਸਟਰ ਮੈਨੂੰ ਲੱਗਦਾ ਮੈਂ ਤੈਨੂੰ ਸਕੂਲ 'ਚੋਂ ਕਢਵਾ ਦੇਵਾਂ ਲੱਗਦਾ ਪਹਿਲਾਂ ਪੜ੍ਹਨ ਵੇਲੇ ਭਜਾ ਕੇ ਲੈ ਜਾਂਦੇ ਸੀ ਹੁਣ ਪੜ੍ਹਾਉਣ ਵੇਲੇ ਵੀ ਪੜ੍ਹਾਉਂਦੇ ਪੜ੍ਹਾਉਣ ਵੇਲੇ ਵੀ ਨਹੀਂ ਹਟਦੇ ਕਦੇ फ्यूचर अपने नवदीप शर्मा की गड्डी दे गड्डी होंडा अमेज आ ठीक है ये फ्यूचर दस मैटर कि मान लो जो रेस आप करनी है देखो जी सू रेस चेक कराइए फ्यूचर बहुत वधिया गड्डी एवरेज भी बहुत वधिया बैक कैमरा भी है मूहरे तो दीदी आप भी आप ही दिखाई है बैक कैमरा और कोई नवा न्यू फीचर है जो और फीचर स्टीयरिंग वाला तो होता ही होता उच्च नीमा करने वाला हां ये परफ्यूम वाला पर स्पेशल लगाया हां ये देखो ये गुड्डा जा काकू अपना ही गिफ्ट है भाई ते मान लो जे रेस कटनी है अपन ब्रेकआ जे ब्रेक ना अपना है तो ठीक है नहीं फिर इथों चलने दे बटन दो कैंसिल कैंसिल बस कटिंग हुन दोबारा वही बटन उतला नप दोगे फिर उठे फिर उठे हो गए लम्मे सफर लगता नहीं बाकी लाइन पै जाते हैं सड़क नी अपनी गड्डिया ਉਰੇ ਆਪਣੇ ਕੋਲ 20 ਦਿੰਦੀਆਂ ਸੀ ਲੋਕਾਂ ਕੋਲ 25 ਦੀ ਕੱਢ ਦਿੰਦੀਆਂ ਮਾਲਾ ਜੇ ਸਹੀ ਤਰੀਕੇ ਨਾਲ ਚਲਾਉਣੀ ਹੈ 25 ਦੀ ਵੀ ਦੇ ਦਿਓ 24 25 ਦੀ ਹੁੰਦਾ ਦਿੰਦੀਆਂ ਨਾਰਮਲ ਸਾਰੇ ਕੱਢਦੇ ਨੇ ਠੀਕ ਜਦੋਂ 140 ਤੇ ਚਲਾਉਣੇ ਆ ਤਾਂ 18-20 ਬਹੁਤ ਆ ਫਿਰ 20 ਦੀ ਆਵੇ ਜੀ ਬ੍ਰੇਕ ਦੀ ਖਾਸੀਅਤ ਵੀ ਇਹਦੀ ਆ ਦੋ ਪੱਟੀਆਂ ਟੱਪਣ ਨਹੀਂ ਦਿੰਦੀ ਜੇ ਤੂੰ ਬ੍ਰੇਕਾਂ ਦੇ ਪੈਰ ਦਾ ਤਾਂ ਸਕਿੰਟਿੰਗ ਕੰਟਰੋਲ ਛੇਤੀ ਨਾਲ ਲੈਣਾ ਸਭ ਕਰ ਲਿਆ
ਲਓ ਜੀ ਅਸੀਂ ਕੋਈ ਨਵਾਂ ਫੰਕਸ਼ਨ ਦੱਸਦੇ ਹਾਂ ਹੋਰ ਭਲ ਕੇ ਯਾਦ ਕਰ ਲਈਏ ਫਿਰ ਦੱਸਾਂਗੇ ਤੁਹਾਨੂੰ ਕੋਈ ਨਿਊ ਫਿਊਚਰ ਇਹ ਚ ਕੀ ਕੀ ਆਏ ਨੇ ਅਜੇ ਸਾਨੂੰ ਵੀ ਘੱਟ ਪਤਾ ਹੈਗਾ ਹਾਂ ਲਓ ਜੀ ਆਪਾਂ ਆ ਕੇ ਘੁੰਮ ਘੁਮਾ ਕੇ ਏਜੰਸੀ ਦੇ ਵਿੱਚ ਇੱਕ ਮਾਸਟਰ ਨੇ ਪਵਾਇਆ ਬੰਪਰ ਉਹਦੀ ਕਰਾਉਣੀ ਆ ਰਨਿੰਗ ਬੰਪਰ ਮਾਸਟਰ ਕਹਿੰਦਾ ਰਨਿੰਗ ਕਰਾਉਣੀ ਆ ਇਹ ਹੈ ਤਾਂ ਨੌਂਦਰਾਂ ਵਾਲੇ ਹੈ ਨਾ ਕੰਨਿਆਂ ਵਾਲਾ ਤਾਂ ਹੈ ਨਹੀਂ ਖੇਤ ਵਿੱਚ ਜਿਹੜੀ ਡਬਾਈ ਸੀ ਉਹ ਤਾਂ ਹੈ ਨਹੀਂ ਨੌਂਦਰਾਂ ਵਾਲੀ ਨਹੀਂ ਨਹੀਂ ਉਹ ਯਾਰ ਇਹ ਵੀ ਬਦਲ ਦਿੰਦੇ ਹਾਂ ਕੀ ਕੀ ਬਦਲੂਗੇ ਹੁਣ ਇਹਦਾ ਲਓ ਜੀ ਗੱਡੀ ਵੀ ਕਰ ਰਹੇ ਆ ਰਵੀ ਰਵੀ ਬਾਈ ਕਰੀ ਨਾ ਰਵੀ ਅਤੇ ਇਹ ਬੰਪਰ ਪਵਾਇਆ ਸੀ ਨਵਾਂ ਹੈ ਨਾ ਮਤਲਬ ਨਵਾਂ ਪਵਾਇਆ ਸੀ ਨਵਾਂ ਸਕਰੈਚ ਸੀਗੇ ਉਹਦੇ ਰਮਿੰਗ ਕਰਵਾ ਕੇ ਤਾਂ ਵਿਹਲੇ ਆਪਾਂ ਫਿਰ ਰਮਿੰਗ ਹੋ ਜੂਗੀ ਉਦੋਂ ਬਾਅਦ ਆਪਾਂ ਮਿਲਦੇ ਹਾਂ ਤੁਹਾਨੂੰ ਕਿਹੜਾ ਗੱਡੀ ਕਰਵਾ ਲਈਏ ਆਪਾਂ ਤਿਆਰ ਆਪਣੀ ਚੱਲ ਮਾਸਟਰ ਜਲਦੀ ਜਲਦੀ ਪਤਾ ਨਾ ਲੱਗੇ ਕਿਸੇ ਨੂੰ ਲੈ ਲਾ ਕੰਮ ਇਹ ਧੋਣ ਲਾਈਟ ਨਾ ਫੋੜ ਦੀ ਕਿਤੇ ਟ੍ਰਾਇਲ ਹੀ ਟ੍ਰਾਇਲ ਕਿਆ ਲਿਆ ਵੇ ਇਹ ਵੀ ਬੁਰਸ਼ ਜਿਹਾ ਆਉਂਦਾ ਹੀ ਹੋਊਗਾ ਜੀ ਜਾਲੀ ਤੇ ਵੀ ਮਾਰ ਦੇ ਜਾਲੀ ਤੇ ਨਹੀਂ ਯਾਰ ਸਾਫ਼ ਹੋ ਜੂ ਜਾਲੀ ਰੇਤਾ ਜਮਾਈ ਜਾਂਦਾ ਯਾਰ ਰਹਿਣ ਦੇ ਪੂਰਾ ਮਿਸਤਰੀ ਬਣ ਗਿਆ ਹੋ ਗਈ ਆਪਣੀ ਰੈਡੀ ਤੇ ਹੁਣ ਆਪਾਂ ਚੱਲਦੇ ਕਿਉਂ ਸ਼ਰਮਾ ਬਸ ਬੋਸ ਤਾਂ ਕਰਾਉਣ ਦੀ ਲੋੜ ਹੀ ਨਹੀਂ ਉਹਨੂੰ ਸਾਫ਼ ਹੀ ਪਈ ਹੈ ਗੱਡੀ ਤਾਂ ਹਾਂ ਗੱਡੀਆਂ ਬੜੀਆਂ ਖੜੀਆਂ ਨਾ ਲਓ ਜੀ ਹੁਣ ਆਪਾਂ ਚੱਲਦੇ ਹਾਂ ਇਹ ਆ ਗਈ ਆਪਣਾ ਹੋਂਡਾ ਵਾਲਿਆਂ ਦੀ ਵਰਕਸ਼ਾਪ ਬੜੀਆਂ ਗੱਡੀਆਂ ਖੜੀਆਂ ਲਓ ਜੀ ਮੁੰਡੇ ਪਹੁੰਚ ਗਏ ਕਹਿੰਦੇ ਫੌਜੀ ਚਾਂਗ ਮੇਰੇ ਵੀਰੋ ਮਾਸਟਰ ਜੀ ਤੁਸੀਂ ਡੇਲੀ ਜਿਹੜੀ ਛੁੱਟੀ ਮਾਰਦੇ ਚੰਗੀਆਂ ਗੱਲਾਂ ਨੀ ਇਹ ਲਓ ਜੀ ਆਪਾਂ ਪਹੁੰਚ ਗਏ ਫੌਜੀ ਚਾਂਗ ਕਹਿੰਦੇ ਇਥੋਂ ਪਤਾ ਲੱਗਦਾ ਵੀ ਇਹ ਸ਼ਹਿਰ ਬਠਿੰਡਾ ਗਾ ਦੇਖੋ ਨੱਚੀ ਜਾਂਦਾ ਕਾਰਟੂਨ ਲਓ ਜੀ ਆਪਾਂ ਪਹੁੰਚ ਗਏ ਸੀ ਮਾਰਕੀਟ ਕੋਲ ਹੈਗਾ ਸ਼ੋਰੂਮ ਫੈਸ਼ਨ ਕੈਂਪ ਉੱਥੇ ਆਪਾਂ ਦੇਖਣੇ ਆ ਬੱਚਿਆਂ ਦੇ ਕੱਪੜੇ ਅਤੇ ਕਿਉਂਕਿ ਪ੍ਰੀਤ ਅੱਜ ਸਕੂਲ ਗਿਆ ਹੋਇਆ ਗਾ ਉਹਦੇ ਆਪਾਂ ਕੱਪੜੇ ਲੈਣੇ ਸੀ ਦੇਖਦੇ ਹਾਂ ਆਪਾਂ ਜੇ ਕੋਈ ਵਧੀਆ ਲੱਗੇ ਤਾਂ ਆਪਾਂ ਇੱਥੋਂ ਲੈ ਜਾਂਗੇ ਉਹਦੇ ਵਾਸਤੇ ਅਤੇ ਨਾਲੇ ਆਪਾਂ ਆਪਣੇ ਵਾਸਤੇ ਨਾਲੇ ਥੋੜ੍ਹੀ ਸ਼ੋਪਿੰਗ ਕਰਨੀ ਸੀ
ਨਾਲੇ ਆਪਾਂ ਉਹ ਕਰ ਲਾਂਗੇ ਅੱਜ ਮਿਲਦੇ ਹਾਂ ਨੂੰ ਫੈਸ਼ਨ ਕੈਂਪ ਪਹੁੰਚ ਕੇ ਲੱਭਦੇ ਹਾਂ ਕਿੱਥੇ ਜਾ ਉਹ ਤੋ ਜੀ ਗੱਡੀ ਕਰਤੀ ਆਪਾਂ ਪਾਰਕ ਆਪਾਂ ਹੁਣ ਚੱਲਦੇ ਹਾਂ ਉਹ ਚੱਕਣ ਵਾਲੇ ਵੀ ਆ ਗਏ ਓਏ ਮਾਸਟਰ ਉਹ ਟੋਲ ਵਾਲੇ ਆ ਗਏ ਆ ਗੱਡੀ ਕੱਢੂ ਮੈਂ ਇੱਧਰ ਲਾ ਦੇ ਬਹਿ ਜਾ ਲਓ ਜੀ ਗੱਡੀ ਤਾਂ ਪਾਰਕ ਹੋ ਗਈ ਸੀ ਲੇਕਿਨ ਜਗ੍ਹਾ ਉਹ ਬੈਕ ਹੋਰ ਕਰ ਇਹਨੂੰ ਪਿੱਛੇ ਕਰਦੇ ਦੇਖ ਖੰਭਾ ਲੱਗਦਾ ਨਹੀਂ ਕਰ ਉਹਨਾਂ ਨੂੰ ਲਓ ਜੀ ਆਹ ਲਈ ਜਾਂਦੇ ਟੋਲ ਕਰਕੇ ਗੱਡੀ ਨੂੰ ਅਤੇ ਆਪ ਗੱਡੀ ਆਪਣੀ ਵੀ ਜਮ੍ਹਾਂ ਛੜਕਦੇ ਸੀ ਐਂ ਗੱਡੀ ਆਪਣੀ ਵੀ ਜਮ੍ਹਾਂ ਰੋਡ 'ਤੇ ਸੀ ਰੋਡ 'ਤੇ ਸੀ ਆਪਣੀ ਗੱਡੀ ਵੀ ਟੋਲ ਕਰਕੇ ਲੈ ਜਾਂਦੇ ਨਹੀਂ ਉਹ ਮੇਰੀ ਗੱਲ ਸੁਣ ਯਾਰ ਇੰਨਾ ਕਿਹੜਾ ਟਾਈਮ ਲਾਉਣਾ 2 ਮਿੰਟ ਮੁੜਿਆ ਮੈਂ ਖੜ ਜਾਂਦੇ ਬਸ ਲੋ ਕਰਦੇ ਕਿਰਾ ਆਪਾਂ ਪਹੁੰਚ ਕੇ ਫੈਸ਼ਨ ਕੈਂਪ ਮਾਟਰੀ ਨਾਲੇ ਕਿਵੇਂ ਮੰਨ ਲਾ ਬਲੌਗ ਤੁਸੀਂ ਬਣਾਓਗੇ ਸਾਰਾ ਬੜਾ ਮੇਲਾ ਲੱਗਿਆ ਲਓ ਜੀ ਹੁਣ ਆਪਾਂ ਦੇਖ ਲਈਏ ਬੱਚਿਆਂ ਦੇ ਕੱਪੜੇ ਅਤੇ ਫਿਰ ਮਿਲਦੇ ਹਾਂ ਸੁਣੋ ਲਓ ਜੀ ਆਪਾਂ ਪਹੁੰਚ ਕੇ ਸ਼ੋਰੂਮ ਦੇ ਵਿੱਚ ਮੇਲੇ ਲੱਗਿਆ ਪਿਆ ਕੱਪੜਿਆਂ ਦਾ ਕਹਿੰਦਾ ਇੱਥੇ ਆਪਾਂ ਦੇਖ ਰਹੇ ਹਾਂ ਟੀ ਸ਼ਰਟਾਂ ਅਤੇ ਪੈਂਟਾਂ ਇੱਕ ਦੋ ਲੋਅਰਾਂ ਲੈਣੀਆਂ ਆਪਾਂ ਲੈ ਲਈਏ ਫਿਰ ਮਿਲਦੇ ਮਾਸਟਰ ਤੈਨੂੰ ਪੂਰੇ 2 ਘੰਟੇ ਹੋ ਗਏ ਮੈਂ ਆਪਦੇ ਕੱਪੜੇ ਲੈਤੇ ਤੇਰੇ ਨਾਲੋਂ ਵੱਧ ਲੈ ਲਏ ਠੀਕ ਹੈ ਪੂਰੇ 2 ਘੰਟੇ ਲਾਤੇ ਨੇ ਹਨਾ ਬਾਈ ਕਿੰਨਾ ਟਾਈਮ ਲਾਤੇ ਨੇ ਸਲਾਈਡ ਕਰਦੇ ਕਰਦੇ 2 ਘੰਟਾ ਲਾ ਅਤੇ ਮੈਂ ਸਹੀ ਪੂਰੇ 20 ਮਿੰਟ ਲੱਗੇ ਆਪਣੇ ਹਨਾ ਨਾਲੇ ਤੂੰ ਵਧੀਆ ਵੱਧ ਕੱਪੜੇ ਲੈ ਕਿਆ ਸ਼ਰਮਾ ਨਹੀਂ ਨਹੀਂ ਢਿੱਡ ਵਾਲਾ ਟਾਈਟ ਆ ਥੋੜਾ ਲੂਜ ਲੈ ਲਾ ਟਾਈਟ ਵਾਲਾ ਯਾਰ ਕਾ ਸਿਆ ਜਾ ਪਿਆ ਇੱਕ ਦੋ ਵਾਰ ਪਾਵਾਂਗੇ ਲੂਜ ਹੋ ਜੂਗੀ ਠੀਕ ਆ ਲਓ ਜੀ ਮਾਸਟਰ ਦੇ ਹਾਲਾਤ ਦੇਖੋ ਇਹਨੇ ਪੂਰੀਆਂ 50 ਪੈਂਟਾਂ ਕਢਵਾ ਕੇ ਰੱਖ ਦਿੱਤੀਆਂ ਇੱਥੋਂ ਲੱਗਿਆ ਇਹ ਅਤੇ ਇੱਥੇ ਪਹੁੰਚ ਗਿਆ ਜਮਾਂ ਇਹਦੇ ਨਾਲ ਵੀ ਇਕੱਲਾ ਬੰਦਾ ਹੀ ਨੇ ਬਾਈ ਇਹਨੇ ਕਢਾਈਆਂ ਨਾ ਇਕੱਲੇ ਨੇ ਕਢਵਾਈ ਪੈਂਟਾਂ ਕਿੰਨੀਆਂ ਲੈਣੀਆਂ ਨੇ ਦੱਸੀ 2 ਕਿ 3 ਪੈਂਟ 1 ਲੈਣੀ ਆ ਬਾਈ ਬਾਈ ਹੁਣ ਤਾਂ ਬਾਈ ਵੀ ਕਹਿਣ ਲੱਗਾ ਚੱਲੀਏ ਹੁਣ ਆਪਾਂ ਨਹੀਂ ਤਾਂ ਕੁੱਟਣਗੇ ਇਹ ਆਪਾਂ ਚਾਹ ਪੀ ਵੀ ਨਾ ਨਿਉੜੇ ਆਪਾਂ ਹੈ ਚਾਹ ਪਿਆ ਕੇ ਭੇਜਾਂਗੇ ਬਈ ਯਾਰ ਗੱਲ ਹੀ ਨਹੀਂ ਕੋਈ ਯਾਰ ਆ ਦੇਖ ਭਰਾ ਦੋਨਾਂ ਨਾਲ ਸਿੱਟ ਹੀ ਆ ਵੀ ਸਾਡਾ ਇਹ ਮੈਡੀ ਆ ਬੰਦਾ ਇਹ ਵੀ ਕਮੇਟੀ ਹੈ ਜੀ ਹਾਂ ਲੈ ਇਹਨੂੰ ਪਾ ਕੇ ਦੇਖ ਲਾਂ ਕਿੱਥੇ ਪਾਵਾਂ ਲੈ ਵੀ ਹੁਣ ਤਾਂ ਤੂੰ ਬੱਤੀ ਵਾਲੀਆਂ ਸਾਰੇ ਕੱਢ ਲਈਆਂ ਬੜਾ ਡਾਇਲੋਗ ਮਾਰੀ ਬਾਈ ਵਾਲੀ ਨਹੀਂ ਚਲਾ ਇੱਥੇ ਹਰਿਆਣ ਵੀ ਮਾਰਦੇ ਬਾਈ ਯਾਰ ਡਾਇਲੋਗ ਹੀ ਸੁਣਨਾ ਤੇਰੇ ਤੋਂ ਬਾਈ ਬਾਲੀ ਸਰਤ ਕਰੀ ਜਾਂਦਾ ਤੇਰੇ ਅੰਕਲ ਤੇ ਸੁਣਾ ਨਹੀਂ ਅੰਕਲ ਕਹਿੰਦਾ ਅੰਕਲ ਕਰਦੇ ਯਾਰ ਮਾਫ਼ ਕਰ ਦੇ ਕਰੀ ਯਾਰ ਇਹ ਗਾਲ ਸੁਣੀ ਨੀ ਗਾਲ ਨਾ ਦੇ ਯਾਰ ਉੱਚੀ ਬੋਲੀ ਥੋੜਾ ਜਿਹਾ ਕੁੱਟਣਾ ਪਵਾ ਦੀ ਬਾਅਦ ਚ ਤੇ ਨੀ ਰੱਖੀ ਝਾਕ ਝੁਕ ਜੀ ਨਾ ਚਪੇੜ ਮਾਰੂ ਕਰਦਾ ਕਿ ਬਾਂਦਰ ਆ ਜਾ
ਸਿਰਾ ਵਾਹ ਸਿਰਾ ਯਾਰ ਸਿਰਾ ਲੱਗਿਆ ਬਈ ਆਪਾਂ ਲਓ ਜੀ ਸ਼ਾਪਿੰਗ ਹੋ ਗਈ ਡਨ ਆਪਣੀ ਤੇ ਕਰੇ ਹਲੋ 10,000 ਕਹਿੰਦਾ ਸੀ ਇੱਕ ਪੈਂਟ ਲੈਣੀ ਆ 10,000 ਰੁਪਏ ਲਗਾ ਦਾ 10-10,000 ਰੁਪਏ ਲਗਾ ਮਾਸਟਰ ਨੇ ਸ਼ਾਪਿੰਗ ਹੈਂ ਚਿੱਪ ਕੱਢਦੇ ਕਹਿੰਦੇ ਮਾਸਟਰ ਨੇ ਸ਼ਾਪਿੰਗ ਕਰਨ ਵਾਲੇ ਇੱਦਾਂ ਉਹ ਹੀ ਲਵਾਤਾ 10,000 ਰੁਪਏ ਖਾਂ ਕੁਛ ਨਹੀਂ ਹੁੰਦਾ ਬਥੇਰੇ ਪੈਸੇ ਆਉਂਦੇ ਆ ਹੋਰ ਇਹ ਸਰਦੀਆਂ ਤਾਂ ਆਉਣੀਆਂ ਉਹਨਾਂ ਦਾ ਤਾਂ ਲੈਣਾ ਸਮਾਨ ਹਾਂ ਤੇ ਹੁਣ ਲੱਗੀ ਪਈ ਜੀ ਭੁੱਖ ਤੇ ਆਪਾਂ ਆਏ ਹੋਏ ਆ ਇੱਥੇ ਕਿੰਨੇ ਵਜੇ ਆਏ ਸੀ ਆਪਾਂ ਆਪਾਂ ਨੂੰ ਹੋਏ 2-2.5 ਘੰਟੇ ਹੋ ਗਏ ਚਾਹ ਪੀ ਕੇ ਵੀ ਮੈਨੂੰ ਲੱਗਦਾ ਵੀ ਆਪਾਂ ਆ ਗਏ ਸੀ ਇੱਥੇ 11:30 ਆਪਾਂ ਪਿੰਡੋਂ ਚੱਲੇ ਹਾਂ ਹਾਂ ਅਲੱਗ ਰਹਿ ਮੰਨ ਲਾ 12 ਵਜੇ ਤੈਨੂੰ ਪਹੁੰਚ ਗਏ ਸੀ ਯਾਰ ਆਪਾਂ ਹੋਰ ਲਓ ਜੀ ਆਪਾਂ ਆਏ ਸੀ ਇੱਥੇ 12 ਵਜੇ ਦੇ ਕਰੀਬ ਅਜੇ ਕਿਹੜਾ ਰੱਖ ਹੁਣ ਟਾਈਮ ਦੇਖ ਲਓ ਤੁਸੀਂ 3:08 ਹੋ ਗਏ ਚੱਲ ਹੁਣ ਆਪਣੇ ਲੂਣਾ ਖਿੱਚ ਲਈਏ ਇਹ ਤੇ ਹੈ ਨਾ ਹੋਰ ਚੱਲ ਫਿਰ ਹੁਣ ਲੱਗੀ ਪਈ ਜੀ ਭੁੱਖ ਖਾ ਪੀ ਲਈਏ ਫਿਰ ਮਿਲਦੇ ਹਾਂ ਸਾਨੂੰ ਆਪਾਂ ਖੋਲੋ ਕੋਈ ਲਓ ਜੀ ਹੁਣ ਆਪਾਂ ਖਾ ਪੀ ਲਈਏ ਕੁਛ ਭੁੱਖ ਲੱਗੀ ਪਈ ਆ ਬਹੁਤ ਜ਼ਿਆਦਾ ਟੋਪੀ ਦੁਕਾਨ ਲੈ ਲਈ ਨਹੀਂ ਟੋਪੀ ਲੈ ਲੈ ਵੀ ਲਈ ਤੇ ਟੋਪੀ ਪੈ ਵੀ ਗਈ ਪਵਾ ਵੀ ਲਈ ਇਧਰ ਹੀ ਚੱਲੋ ਰੁਪਈਆ ਲੈਣਾ ਸੀ 1000 ਦਾ ਸਮਾਨ 10 ਚ ਪੈ ਗਿਆ ਹਾਂ ਕੀ ਬਾਤ ਆਏ ਤਾਂ ਸੀਗੇ ਆਪਾਂ ਬੱਚਿਆਂ ਦੇ ਕੱਪੜੇ ਲੈਣ ਵਾਸਤੇ ਤੇ ਉੱਥੇ ਆਪਾਂ ਨੂੰ ਵਧੀਆ ਲੱਗੇ ਨਾਲੇ ਆਪਣੇ ਆਪਣੇ ਵਾਸਤੇ ਵੀ ਟੀ ਸ਼ਰਟਾਂ ਦੋਰਾਂ ਹੀ ਆ ਤੇ ਕੁਛ ਪੈਂਟਾਂ ਲੈ ਲਈਆਂ ਅੱਗੇ ਆ ਖਾਂਦੇ ਆਪਾਂ ਲੱਛੇ ਹੁੰਦੇ ਸੀ ਲੱਛੇ ਹਾਂ ਨਾ ਬਹੁਤ ਖਾਂਦੇ ਆਪਾਂ ਇਹ ਲੱਛੇ ਹੁਣ ਪਿੰਡਾਂ ਚ ਆਉਣਾ ਹੀ ਹਟ ਗਏ ਯਾਰ ਕਿ ਨਹੀਂ ਬਣਾ ਕੇ ਖਵਾਉਂਦੇ ਹੁੰਦੇ ਸੀ ਉਹ ਗੋਲ ਜਿਹੇ ਤੇ ਚੱਕਰੇ ਜਿਹੇ ਤੇ ਕੁਛ ਖਾ ਪੀ ਲਈਏ ਇੱਥੋਂ ਕੀ ਖਾਣਾ ਹੈ ਦੱਸ ਭੁੱਖ ਲੱਗੀ ਪਈ ਹੈ ਯਾਰ ਮਾਸਟਰ ਜੀ ਆਪਣੇ ਕਹਿੰਦੇ ਰੋਟੀ ਖਾਣੀ ਆ ਤੇ ਹੁਣ ਆਪਾਂ ਰੋਟੀ ਖਾ ਲਈਏ ਬੱਕਰੇ ਨਾਲ ਖਾਣੀ ਆ ਹਾਂ ਕਹਿੰਦੇ ਇੱਥੇ ਬੱਕਰੇ ਦਾ ਚਾਰ ਵੀ ਮਿਲਦਾ ਚਾਰ ਵੀ ਮਿਲਦਾ ਕਹਿੰਦੇ ਬੱਕਰੇ ਦਾ ਤੇ ਬੱਕਰਾ ਹੋ ਗਈ ਆਇਆ ਮਜ਼ਾ ਆਇਆ ਨਜ਼ਾਰ ਹੀ ਆ ਗਿਆ ਪੂਰਾ ਹੈਂ ਕੀ ਬਾਤ ਸੀ ਕੈਨ ਸੀ ਲਓ ਜੀ ਪੇਂਟ ਜਿਹਾ ਕਰ ਲਈ ਤੇ ਹੁਣ ਆਪਾਂ ਚੱਲੀਏ ਪਿੰਡਾਂ ਨੂੰ ਬੱਕਰੇ ਨੂੰ ਕਿਹੜਾ ਦੇ ਆਏ ਬੱਕਰੇ ਹਾਂ ਬੱਕਰੇ ਨੂੰ ਕਿਹੜਾ ਦਿੱਤਾ ਕਹਿੰਦੇ ਤੇ ਉਹ ਫੜੀ ਆਪਣੀ ਲੂਣਾ ਤੇ ਹੁਣ ਆਪਾਂ ਚੱਲਦੇ ਹਾਂ ਪਿੰਡ ਟਾਈਮ ਬਹੁਤ ਹੋ ਗਿਆ ਆਪਾਂ ਨੂੰ ਆਇਆਂ ਨੂੰ 4 ਵੱਜ ਗਏ ਤੇ ਮਿਲਦੇ ਹਾਂ ਆਪਾਂ ਅੱਗੇ ਪਹੁੰਚ ਕੇ ਤੁਹਾਨੂੰ ਫਿਰ